ये जो पैसे तुसी देख रहे हो, यह 10 या 15 लाख नहीं बल्कि यह 60 लाख के करीब रुपए हैं जो करना पुलिस ने एक कार के पिछों बरामद किए हैं। कार सवार इस पैसे बारे कोई भी जानकारी नहीं दे सकया, जिस तो बाद पुलिस ने ये पैसे जब्त कर ले अते इनकम टैक्स विभाग को इसकी जानकारी दी। ਚਨ ਮਾਲ ਕੋ ਨਾਕਾ ਲਾਇਆ ਸੀ ਗੋਬਿੰਦਗੜ੍ਹ ਸਾਈਡ ਤੋਂ ਇੱਕ ਬਰੀਜ਼ਾ ਕਾਰ ਜਿਸ 'ਚ 2 ਵਿਅਕਤੀ ਸਵਾਰ ਸਨ ਜੋ 55 ਲੱਖ ਰੁਪਈਆ ਬਰਾਮਦ ਕੀਤਾ ਗਿਆ ਜਿਸ ਸੰਬੰਧੀ ਇਹ ਕੋਈ ਸਪਸ਼ਟੀਕਰਨ ਦੇ ਨਹੀਂ ਦੇ ਸਕੇ ਅਤੇ ਨਾ ਹੀ ਇਸ ਸੰਬੰਧੀ ਕੋਈ ਡਾਕੂਮੈਂਟ ਪੇਸ਼ ਕਰ ਸਕੇ ਜਿਸ ਸੰਬੰਧੀ ਇਨਕਮ ਟੈਕਸ ਦੇ ਇੰਸਪੈਕਟਰ ਜੋ ਕਿ ਇਸ ਸਮੇਂ ਮੌਜੂਦ ਹਨ ਦੇ ਹਵਾਲੇ ਕੀਤੇ ਗਏ ਨੇ ਇਸ ਸੰਬੰਧੀ ਜੇ ਅਗਰ ਕੋਈ ਡਾਕੂਮੈਂਟ ਪੇਸ਼ ਕਰਦੇ ਨੇ ਤਾਂ ਅਗਲੀ ਕਾਰਵਾਈ ਜੋ ਵੀ ਹੋਵੇਗਾ ਇਨਕਮ